ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ। ਮੈਂ ਬਾਰਡਰ 'ਚ ਗਿਆ ਸੀਗਾ, ਉਹਨਾਂ ਨੂੰ ਤਾਰ ਦੀ ਪ੍ਰੋਬਲਮ ਹੈ, ਉਹਨਾਂ ਨੇ ਉਹ ਰੇਜ਼ ਕੀਤੀ, ਮੈਂ ਉਹ ਟੇਕਅਪ ਵੀ ਕੀਤੀ। ਇਸ ਕਰਕੇ ਮੇਰੀ ਰਿਕੁਐਸਟ ਇਹ ਆ, ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ, ਵਿਰੋਧ ਕਰਨਾ ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਹਾਂ ਉਹ ਕਲੀਅਰ ਆ। ਦੇਖੋ, ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਹਾਂ। ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ ਅਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ, ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ, ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਇਹ ਭੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਲੀਡਰਸ਼ਿਪ ਆਪਣੀ ਬਾਅਦ ਚਮਕਾਉਣ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾਉਣ। ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ। ਮੈਂ ਬਾਰਡਰ 'ਚ ਗਿਆ ਸੀਗਾ, ਉਹਨਾਂ ਨੂੰ ਤਾਰ ਦੀ ਪ੍ਰੋਬਲਮ ਹੈ, ਉਹਨਾਂ ਨੇ ਉਹ ਰੇਜ਼ ਕੀਤੀ, ਮੈਂ ਉਹ ਟੇਕਅਪ ਵੀ ਕੀਤੀ। ਇਸ ਕਰਕੇ ਮੇਰੀ ਰਿਕੁਐਸਟ ਇਹ ਆ, ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ, ਵਿਰੋਧ ਕਰਨਾ ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਹਾਂ ਉਹ ਕਲੀਅਰ ਹੈ। ਦੇਖੋ, ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਹਾਂ। ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ ਅਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ, ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ, ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਇਹ ਭੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਲੀਡਰਸ਼ਿਪ ਆਪਣੀ ਬਾਅਦ ਚਮਕਾਉਣ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰਸ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾਉਣ। ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ। ਮੈਂ ਬਾਰਡਰ 'ਚ ਗਿਆ ਸੀਗਾ, ਉਹਨਾਂ ਨੂੰ ਤਾਰ ਦੀ ਪ੍ਰੋਬਲਮ ਹੈ, ਉਹਨਾਂ ਨੇ ਉਹ ਰੇਜ਼ ਕੀਤੀ, ਮੈਂ ਉਹ ਟੇਕਅਪ ਵੀ ਕੀਤੀ। ਇਸ ਕਰਕੇ ਮੇਰੀ ਰਿਕੁਐਸਟ ਇਹ ਆ, ਜਿਹੜੇ ਵੀ ਕਿਸਾਨ ਭਰਾ ਨੇ ਕਦੀ ਵੀ ਵੈਲਕਮ ਨੇ, ਵਿਰੋਧ ਕਰਨਾ ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਹਾਂ ਉਹ ਕਲੀਅਰ ਹੈ। ਦੇਖੋ, ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਹਾਂ। ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ
ਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ, ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਭੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਲੀਡਰਸ਼ਿਪ ਆਪਣੀ ਬਾਹਰ ਚਮਕਾਉਣ। ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰਸ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾਉਣ।